ਭਾਬੀ ਹਾਂ ਬਾਈ ਕਿੱਥੇ ਆ ਉਹ ਚਲੇ ਗਿਆ ਅੱਛਾ ਆ ਗੱਡੀ ਦੀ ਚਾਬੀ ਆ ਤੇ ਮੈਂ ਕੰਮ ਤੇ ਜਾਣਾ ਰੋਟੀ ਤਾਂ ਖਾ ਜਾ ਨਹੀਂ ਭਾਬੀ ਮੈਨੂੰ ਭੁੱਖ ਨਹੀਂ ਹੈਗੀ ਤੂੰ ਨਾ ਰਾਤ ਵੀ ਨਹੀਂ ਰੋਟੀ ਖਾਧੀ ਜੱਜ ਨਾਲ ਤੂੰ ਹੁਣ ਵੀ ਨਹੀਂ ਖਾਂਦਾ ਐਂ ਕਿਵੇਂ ਸਰੂਗਾ ਹੁਣ ਉਹ ਬਸ ਜਿਵੇਂ ਸਰਨਾ ਹੋਇਆ ਸਰ ਜੂਗਾ ਤੂੰ ਨਾ ਜੋ ਕੁਛ ਹੋਇਆ ਉਹਨੂੰ ਭੁੱਲ ਜਾ ਠੀਕ ਆ ਉਹ ਭਾਬੀ ਤੂੰ ਕਮਾਲ ਕਰਦੀ ਆ ਜਿਹੜਾ ਮੇਰੇ ਨਾਲ ਹੋਇਆ ਨਾ ਉਹ ਭੁੱਲਣਾ ਇੰਨਾ ਆਸਾਨ ਨਹੀਂ ਹੈਗਾ ਕੋਈ ਨਾ ਤੂੰ ਫਿਕਰ ਨਾ ਕਰ ਜਦੋਂ ਤੂੰ ਘਰ ਵਾਲਾ ਬਣ ਗਿਆ ਨਾ ਤੂੰ ਆਪੇ ਸਭ ਕੁਝ ਭੁੱਲ ਜਾਏਗਾ ਜਿਹੜਾ ਕੁਝ ਤੇਰੇ ਨਾਲ ਪਹਿਲਾਂ ਹੋਇਆ ਉਹ ਨਾ ਭਾਬੀ ਹੁਣ ਨਹੀਂ ਮੈਂ ਘਰ ਵਸਾਉਣਾ ਨਾ ਕਿਵੇਂ ਨਹੀਂ ਵਸਾਉਣਾ ਹਲੇ ਤੇਰੀ ਉਮਰ ਹੀ ਕੀ ਹੋਈ ਆ ਭਾਬੀ ਗੱਲ ਉਮਰ ਦੀ ਨਹੀਂ ਹੈਗੀ ਗੱਲ ਭਰੋਸੇ ਦੀ ਹੈ ਭਰੋਸਾ ਤਾਂ ਹੁਣ ਮੈਨੂੰ ਆਪਣੇ ਆਪ ਤੇ ਨਹੀਂ ਰਿਹਾ ਹੈਗਾ ਮੇਰੀ ਗੱਲ ਸੁਣ ਸਾਰੀ ਉਮਰ ਨਾ ਇੱਕੋ ਬਰਾਬਰ ਦੀ ਹੁੰਦੀ ਹੈਗੀ ਆ ਉਹ ਭਾਬੀ ਮੈਂ ਕਦੋਂ ਕਹਿੰਦਾ ਵੀ ਪੰਜੇ ਉਂਗਲਾਂ ਬਰਾਬਰ ਹੁੰਦੀਆਂ ਨੇ ਬਸ ਮੇਰਾ ਨਾ ਰਿਸ਼ਤਿਆਂ ਤੋਂ ਵਿਸ਼ਵਾਸ ਉੱਠ ਗਿਆ ਲੈ ਦੱਸ ਜਿਹਦੇ ਕਰਕੇ ਤੇਰੇ ਰਿਸ਼ਤਿਆਂ ਤੇ ਵਿਸ਼ਵਾਸ ਉੱਠਿਆ ਉਹ ਆਪ ਤਾਂ ਬਾਹਰ ਚਲੇ ਗਈ ਤੇ ਤੇਰੇ ਇੱਥੇ ਭਲੇ ਰੋਣੇ ਪਾ ਗਈ ਉਹ ਫਿਰ ਜਾਂਦੀ ਹੈ ਤਾਂ ਜਾਣ ਦੇ ਬਸ ਮੈਨੂੰ ਉਹਦਾ ਹੀ ਕੋਈ ਮਤਲਬ ਨਹੀਂ ਹੈਗਾ ਤੈਨੂੰ ਇੱਕ ਗੱਲ ਆਖਾਂ ਭਾਬੀ ਹੱਥ ਜੋੜ ਕੇ ਕਹਿਣਾ ਉਹਦਾ ਨਾ ਨਾਂ ਨਾ ਲਿਆ ਕਰ ਮੇਰੇ ਮੂਹਰੇ ਬਸ ਭਾਬੀ ਉਹ ਤਾਂ ਮਰ ਚੁੱਕੀ ਹੈ ਮੇਰੇ ਲਈ ਮੈਂ ਉਹਦਾ ਨਾਮ ਨਾ ਤਾਂ ਲਿਆ ਤਾਂ ਕਿ ਤੂੰ ਵੀ ਉਹਦੇ ਬਾਰੇ ਕੁਝ ਸੋਚ ਸਕੇ ਉਹਨੇ ਤਾਂ ਆਪਦਾ ਫਿਊਚਰ ਬਣਾ ਲਿਆ ਤੈਨੂੰ ਜਮਾਂ ਪਰਵਾਹ ਨਹੀਂ ਹੈਗੀ ਭਾਬੀ ਇਹ ਕਹਿਣਾ ਹੀ ਸੌਖਾ ਹੁੰਦਾ ਅਸਲ ਜ਼ਿੰਦਗੀ ਤਾਂ ਬਾੜਾ ਔਖਾ ਹੈ ਲੈ ਦੱਸ ਤੂੰ ਇੱਕ ਵਾਰੀ ਹਾਂ ਤਾਂ ਕਰ ਵਿਆਹ ਕਰਨ ਨੂੰ ਕੁੜੀਆਂ ਦੀ ਤਾਂ ਮੈਂ ਲਾਈਨ ਲਾ ਲੂੰ ਉਹ ਤੂੰ ਰਹਿਣ ਦੇ ਭਾਬੀ ਆ ਹੱਥ ਜੜਾ ਲਾ ਦੁਬਾਰੇ ਮੈਂ ਤੂੰ ਮੈਂ ਦੁਬਾਰਾ ਵਿਆਹ ਨਹੀਂ ਕਰਾਉਣਾ ਹੈਗਾ ਬਸ ਮੁੱਕਦੀ ਗੱਲ ਇਹੀ ਹੈ ਤੂੰ ਟੈਨਸ਼ਨ ਨਾ ਲੈ ਮੈਂ ਹੈਗੀ ਆ ਨਾ ਮੈਂ ਸਾਰਾ ਕੁਝ ਸੈੱਟ ਕਰ ਦੂੰ ਨਾਲੇ ਜੇ ਕੋਈ ਸੋਚੇ ਨਾ ਵੱਡੀਆਂ ਭਰਜਾਈਆਂ ਵੀ ਮਾਂ ਵਰਗੀਆਂ ਹੁੰਦੀਆਂ ਨੇ ਉਹ ਗੱਲ ਤਾਂ ਭਾਬੀ ਤੇਰੀ ਸਹੀ ਹੈ ਦੇਖ ਲੈ ਮਾਂ ਦੀ ਡੈਥ ਤੋਂ ਬਾਅਦ ਤੁਸੀਂ ਮੇਰਾ ਇੰਨਾ ਕੀਤਾ ਤੇ ਜੇ ਤੂੰ ਤੁਸੀਂ ਨਾ ਹੁੰਦੇ ਨਾ ਤਾਂ ਮੈਂ ਤਾਂ ਰੁਲ ਹੀ ਜਾਣਾ ਸੀਗਾ ਤੂੰ ਨਾ ਨਿੱਕੇ ਨਿੱਕੇ ਗੱਲਾਂ ਬਾਰੇ ਨਾ ਸੋਚਿਆ ਕਰ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਅੱਗੇ ਬਾਰੇ ਸੋਚ ਭਾਬੀ ਉਹ ਤਾਂ ਗੱਲ ਠੀਕ ਹੈ ਤੇਰੀ ਪਰ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਹਜੇ ਲੈ ਆ ਬਣੀ ਹੈ ਨਾ ਗੱਲ ਹੁਣ ਤਾਂ ਮੈਂ ਤੇਰੇ ਵਾਸਤੇ ਇਹੋ ਜਿਹੀ ਕੁੜੀ ਲੱਭੂ ਜਿਹੜੀ ਤੈਨੂੰ ਕਦੇ ਨਾ ਛੱਡ ਕੇ ਜਾਵੇ ਉਹ ਚੱਲ ਕੋਈ ਨਾ ਭਾਬੀ ਆ ਚਾਬੀ ਨਾ ਬਾਈ ਨੂੰ ਧਿਆਨ ਨਾਲ ਫੜਾ ਦੀ ਉਹਨਾਂ ਦਾ ਫੋਨ ਆਇਆ ਸੀਗਾ ਤੇ ਉਹਨਾਂ ਨੇ ਕਿਤੇ ਜਾਣਾ ਤੇ ਹੁਣ ਮੈਂ ਵੀ ਜਾਣਾ ਫੇਰ ਠੀਕ ਹੈ ਕੋਈ ਨਾ ਮੈਂ ਫੜਾ ਦੂੰਗੀ ਪਰ ਜਦੋਂ ਭੁੱਖ ਲੱਗੇ ਮੈਨੂੰ ਫੋਨ ਕਰਕੇ ਦੱਸ ਦੀ ਕੋਈ ਨਾ ਮੰਗਾ ਲੂੰਗਾ ਮਣਾ ਹੁਣ ਤਾਂ ਭਾਬੀ ਦੀ ਗੱਲ ਵੀ ਸਹੀ ਹੈ ਜਦੋਂ ਦੀ ਉਹ ਛੱਡ ਕੇ ਗਈ ਹੈ ਨਾ ਉਦੋਂ ਬਾਅਦ ਮੇਰਾ ਸਹਾਰਾ ਤਾਂ ਬਾਈ ਤੇ ਭਾਬੀ ਸੀਗੇ ਚਲ ਕੋਈ ਨਾ ਸੋਚਦੇ ਆ ਕਾਕੇ ਦਾ ਫੋਨ ਆਈ ਜਾਂਦਾ ਚਾਚੀ ਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਚਾਚੀ ਜੀ ਹਾਂਜੀ ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ ਹਾਂਜੀ ਤੁਸੀਂ ਫਿਕਰ ਨਾ ਕਰੋ ਮੇਰਾ ਦਿਓਰ ਤਾਂ ਬਾਲੇ ਭੋਲਾ ਉਹ ਤਾਂ ਮੇਰੇ 'ਤੇ ਅੱਖਾਂ ਬੰਦ ਕਰਕੇ ਯਕੀਨ ਕਰਦਾ ਉਹ ਚਾਚੀ ਜੇ ਤੁਹਾਨੂੰ ਮੈਂ ਕਹਿ ਦਿੱਤਾ ਤੁਸੀਂ ਸਾਰੀ ਗੱਲ ਨਾ ਮੇਰੇ 'ਤੇ ਛੱਡ ਦਿਓ ਉਹਨੂੰ ਤਾਂ ਮੈਂ ਆਪੇ ਮੰਡਾ ਲੂੰ ਨਾਲੇ ਸਿਮਰ ਨੂੰ ਨਾ ਮੈਂ ਉਹਦੇ ਘਰ ਹੀ ਲੈ ਕੇ ਆਊਂਗੀ ਹਾਂਜੀ ਹਾਂਜੀ ਚਾਚੀ ਤੁਸੀਂ ਫਿਕਰ ਨਾ ਕਰੋ ਨਾਲੇ ਨਾ ਸਿਮਰ ਬਾਰੇ ਗੱਲ ਵਾਲੇ ਕਿਸੇ ਕੋਲ ਕਰਿਓ ਨਾ ਮੈਂ ਆਪ ਹੀ ਸਭ ਦੇ ਹਿਸਾਬ ਨਾਲ ਬੰਟੂ ਨਾਲ ਗੱਲ ਕਰੂੰ ਪਹਿਲਾਂ ਹਾਂਜੀ ਹਾਂਜੀ ਚਾਚੀ ਜੀ ਠੀਕ ਹੈ ਜੀ ਚਾਚੀ ਵੀ ਨਹੀਂ ਫਿਕਰ ਕਰੀ ਉਹ ਕੀ ਗੱਲ ਮੰਨਤ ਕਿਹਦੇ ਨਾਲ ਗੱਲ ਕਰੀ ਜਾਂਦੀ ਸੀ ਫੋਨ ਤੇ ਬੰਟੂ ਬਾਰੇ ਕੁਛ ਨਹੀਂ ਉਹ ਤਾਂ ਮੇਰੀ ਚਾਚੀ ਦਾ ਫੋਨ ਸੀ ਆਪਣੇ ਬੰਟੂ ਬਾਰੇ ਗੱਲ ਕਰਦੀ ਸੀ ਆਪਣੀ ਨਾ ਕੁੜੀ ਆ ਉਹਦਾ ਵੀ ਤਲਾਕ ਹੋਇਆ ਵਾ ਮੈਂ ਤਾਂ ਇਹ ਸੋਚਦੀ ਸੀ ਵੀ ਆਪਾਂ ਬੰਟੂ ਦਾ ਰਿਸ਼ਤਾ ਉਹਦੇ ਨਾਲ ਕਰ ਦਿੰਦੇ ਆ ਚੱਲ ਜੇ ਮੰਨਦੀ ਆ ਤਾਂ ਫਿਰ ਕਰ ਲਾ ਗੱਲ ਫਿਰ ਤੋਰ ਲੈਂਦੇ ਆ ਗੱਲ ਅੱਗੇ ਉਹ ਤਾਂ ਗੱਲ ਠੀਕ ਆ ਉਹ ਤਾਂ ਮੰਨੇ ਪਏ ਨੇ ਰੌਲਾ ਤਾਂ ਬੰਟੂ ਦਾ ਜੇ ਇਹ ਮੰਨੂਗਾ ਮੈਂ ਤਾਂ ਹੀ ਕੋਈ ਗੱਲ ਕਰੂੰਗੀ ਓਹੋ ਮੰਨਤ ਤੂੰ ਉਹਦੀ ਟੈਨਸ਼ਨ ਨਾ ਲੈ ਉਹਨੂੰ ਮਾਫੀ ਮਨਾ ਲੂੰਗਾ ਤੇ ਤੂੰ ਉਹਨਾਂ ਨਾਲ ਗੱਲ ਕਰ ਓਹੋ ਉਹ ਤਾਂ ਮੰਨੇ ਪਏ ਨੇ ਰੌਲਾ ਤਾਂ ਆਪਣੇ ਬੰਟੂ ਦਾ ਗਾ ਇਹ ਮੰਨੂਗਾ ਪਤਾ ਨਹੀਂ ਨਹੀਂ ਜੇ ਉਹ ਮੰਨੇ ਪਏ ਆ ਫਿਰ ਤਾਂ ਵਧੀਆ ਗੱਲ ਹੈ ਕੋਈ ਨਾ ਇਹ ਵੀ ਮੰਨ ਜੂਗਾ ਚਲੋ ਕੋਈ ਨਾ ਤੁਸੀਂ ਗੱਲ ਕਰਕੇ ਦੇਖ ਹੀ ਲਓ ਬੰਟੂ ਨਾਲ ਕੀ ਪਤਾ ਕੋਈ ਗੱਲ ਬਣੀ ਜਾਵੇ ਉਹ ਮੇਰਾ ਕਹਿਆ ਨਹੀਂ ਮੋੜਦਾ ਮਾਫੀ ਕਰ ਲੂੰ ਉਹਦੇ ਨਾਲ ਗੱਲ ਤੂੰ ਚਿੰਤਾ ਨਾ ਕਰ ਚਲ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਉਹ ਨਾ ਨਾ ਮੰਨਤ ਮੈਂ ਪਾਣੀ ਨਹੀਂ ਪੀਣਾ ਜੇ ਸੱਚ ਪੁੱਛੇ ਨਾ ਤਾਂ ਮੇਰਾ ਵੀ ਜੀ ਕਰਦਾ ਵੀ ਇਹਦਾ ਘਰ ਬਸ ਜੀ ਤੇ ਹੋਰ ਜਦੋਂ ਦੀ ਉਹ ਛੱਡ ਕੇ ਗਈ ਹੈ ਨਾ ਇਹ ਤਾਂ ਮੈਨੂੰ ਗੁਆਚਿਆ ਜਿਹਾ ਲੱਗਦਾ ਕਿਤੇ ਉਹਨੂੰ ਉਹਦਾ ਮੋਹ ਨਹੀਂ ਆਉਂਦਾ ਸੀ ਜਵਾਕ ਦਾ ਮੋਹ ਆਉਂਦਾ ਸੀ ਤਾਂ ਕਰਕੇ ਵਿਚਾਰਾ ਟੁੱਟ ਜੇ ਗਿਆ ਇਹ ਤਾਂ ਗੱਲ ਹੈ ਜਵਾਕ 'ਚ ਤਾਂ ਇਹਦੀ ਜਾਨ ਵੱਜਦੀ ਸੀ ਇਸੇ ਗੱਲ ਦਾ ਤਾਂ ਉਹ ਫਾਇਦਾ ਚੱਕ ਗਈ ਹਾਂ ਹਾਂ ਇਹ ਗੱਲ ਤਾਂ ਹੈ ਚੱਲ ਕੋਈ ਨਾ ਤੂੰ ਵਿਆਹ ਦੀ ਗੱਲ ਤੋਰ ਉਹਨਾਂ ਨਾਲ ਜਵਾਕ ਤਾਂ ਆਪ ਹੀ ਹੋ ਜੂ ਜਵਾਕ ਨਾ ਇਹ ਕੀ ਗੱਲ ਡਰ ਕੇ ਜੇ ਕਿਉਂ ਬੋਲੀ ਜਵਾਕ ਕਿਤੇ ਹੋਰ ਗੱਲ ਤਾਂ ਨਹੀਂ ਨਾ ਨਾ ਹੋਰ ਗੱਲ ਤਾਂ ਕੀ ਹੋਣੀ ਆ ਚੱਲ ਮੈਂ ਤਾਂ ਹੀ ਕਹਿੰਦੀ ਸੀ ਜਿੰਨਾ ਚਿਰ ਜਵਾਕ ਨਹੀਂ ਹੁੰਦਾ ਆਪਣਾ ਮੁੰਡਾ ਵੀ ਤਾਂ ਉਹਦਾ ਹੀ ਆ ਚੱਲ ਠੀਕ ਹੈ ਫਿਰ ਮੈਂ ਕਰਨਾ ਬੰਟੂ ਨਾਲ ਗੱਲ ਤੂੰ ਕੰਮ ਧੰਦਾ ਕਰ ਲਾ ਆਪਦਾ ਠੀਕ ਹੈ ਜੀ ਚਲੇ ਜਾਓ ਤੁਸੀਂ ਤੇ ਨਾਲੇ ਬਾਹਲੀ ਟੈਨਸ਼ਨ ਨਾ ਲਿਆ ਕਰ ਮਾਫੀ ਕਰਵਾ ਦੂੰ ਉਹਦਾ ਇੱਥੇ ਠੀਕ ਹੈ ਜੀ
हाय रब्बा, बस इन्नी क्लाज रख ली कि मेरी भैन का घर वास्ते जवाब का किया पता देखी जाओ। चल मैं भी रसोई काम कर ला। हूं की हाल है भाई, की करी जांदा सी? ओ मैं तां तैनू डिक्की आंदा सी बंटू। मैनू डिक्की आंदा सी की हो गया? की बंदा फिर अजकल? बनदा की है भरावा, अजकल तां दिन कट्टियां करदे आ। ओ तां ही तां कहना है, दिन कट्टियां ना कर, जिंदगी जी जिंदगी। जिंदगी तां भाई हुण तैनू पता ही है मेरे हालात किदां दे ने, बस जी जांदे आ जिद्दां दी चली जांदी है जिंदगी। नाले तेरी भाभी ने ना इक दस पाई आ कुड़ी दी, जे मेरी मन्ने तां उत्ते हां कर दी। भाई मैं नहीं ब्याह करवाउणा हैगा, मैं भाभी नूं वी कहता सी ते तैनू वी कहना। तू शुकर बना भी तेरी भाभी इन्नी चंगी है। भाई ये गल तो तेरी सच्ची है, भाभी बहुत ज़्यादा चंगी है। नहीं अजकल ना सस सहुरे के मुक जाने बाद कौन किसी का करता है? ये गल तो सही है, मैनू तो ना माँ प्यो की कमी नहीं महसूस होने देंगे तुम दोनों जने। मैं तेनों ऐ कहना जिते तेरी भाभी रिश्ता करवाई है ना, रिश्तेदारी चो कुड़ी वधिया ब्याह करा ला, नाले तेरा कल्लापन दूर हो जू। कल्लापन तो ठीक है भाई, गल तो तेरी सही है, पर बस ना मेरा ना रिश्तों तो विश्वास चक्या गया ता करके जी नहीं करता है मेरा। मैं तेनू कहना है जे तू ना ब्याह कराया ना सारी जिंदगी कल्ला रहेगा। हाँ बई जिंदगी तो हूँ भी मैं कल्ला ही हाँ। तू बस जे मेरा भरा ना मेरे भरा बन के ना बस तू ब्याह करा ले। चल बई फिर जे तुसी बाला कर दो जिमें सोनू लोट लगता वो कर लो। मैं आ बनी ना मेरी भरावाली गल, तो चल मैं कर दे तेरी भाभी ना गल। चल ठीक है भाई कर लेंगे, हूँ गल पक्की हो गई तो बस मेरे वालों हाँ है भाई। चल ठीक है मैं कर दें तेरी भाभी ना गल। देख बंटू हूँ तेरा सिमर ना ब्याह हो गया, एदा ख्याल रखना वो सारा तेरे हाथ च। भाभी तू फिकर ना कर, मैं अपने वालों पूरी कोशिश करूंगा। बस मैं तो इतों आही हुई सी, तो सिमर तू भी मैं कोई लांभा ना दवा दी कि अपनी भैन का रिश्ता करवाया सी। नहीं दीदी जी तुम बेफिक्र हो, मेरे वालों ना कोई लांभा नहीं आता तुम्हें। चल ठीक है आ जाओ ना रसोई च काम कर लिए। हाँ जी तुम चलो मैं ना कपड़े कट के आनी इन्होंने। चल ठीक है जल्दी आ जी। मैनू पता थोड़े नाल की कुछ होया, जे तुसी गुस्सा ना करो तो एक गल पूछा थोड़े तो मैं। हाँ जरूर पूछो। तुसी मेरे नाल ब्याह करवाने लई हाँ किवें करती? गल ऐ है भाभी ते वीरा ना बाला करी जांदे सी ते उन्हां दा कहना मैं मोड़ नहीं सकदा सी, फिर मैं ब्याह नूं हाँ करती। तुहानूं इह पता मेरा तलाक क्यों हो गया सी? हाँ मैनूं भाभी ने दस्या सी वी तेरे घर वाला तेरी घट ते तेरी भाभी दी ज्यादा सुणदा सी। हाँ जी पर गल सिर्फ इही नहीं सी, गल कुछ होर वी सी। सिमर की गल्लां करन लगे तुसी? ओ दीदी जी बस वैसे। तेनू लगता भी मैंने तो कुछ लुकोया होगा, मैं सारी गल कीती हुई सी ना नाल। ओ भाभी नाले मैं तो कुछ ए तो पुछया भी नहींगा, ए अपने आप ही दसी जांदी है। देख बंटू ते देख सिमरन हुण थोड़े दोनों दा ब्याह हो गया, अपने पास नूं भुल के अपनी नवी जिंदगी की शुरुआत करो। पर नहीं नहीं भाभी एदां दी कोई गल नहीं सी, असीं तां आपदियां गल्लां करी जांदे सी, पुरानियां गल्लां कादे वास्ते करनियां हुण? ओ नहीं नहीं एवें दी गल नहीं, मैं तो तुहानूं वैसे ही कहिंदी सी कि अपने पास दी गल्लां ना करो। चल छड्डो आपां वी की गल्लां लै के बह गए, मैं तां सिमरन नूं बुलाउण आई सी, मैनूं रसोई दे काम समझा दा। चल आ सिमरन। हां जी ना मेरी गल सुन, रोज तू पिछली गल क्यों लेके बहनी है, तेनू किन्ने बार समझाया मैं भी तू पिछली कोई गल नहीं करनी। दीदी हूँ मैं की किया? केंद्र किया की है, मैं तेनू जवाब नहीं तू मेरे बारे बारे समझावा। चलो दीदी हूँ नहीं मैं मुझे कुछ करती। जे तू आई पिछली गल करेगी ना तो बंडू तेरा किवें बनूगा? दीदी अगे तो मैं ध्यान रखूंगी। हाँ अगे तो ध्यान रखी, चल हूँ मेरे काम करवा। ਸਿਮਰ ਕੀ ਕਰੀ ਜਾਂਦੀ ਆ? ਆ ਕੁਛ ਨਹੀਂ ਬਸ ਕੱਪੜਿਆਂ ਦੀ ਟਾਈਮ ਆ ਰਹੀ ਸੀ। ਅੱਛਾ ਮੈਂ ਤਾਂ ਇਹ ਕਹਿੰਦਾ ਸੀ ਮੈਂ ਸ਼ਹਿਰ ਜਾਣਾ ਕੰਮ ਆ ਮੈਨੂੰ। ਅੱਛਾ ਜੀ ਤੁਸੀਂ ਸ਼ਹਿਰ ਚਲੋ ਮੇਰਾ ਹੀ ਕੰਮ ਕਰਦੇ ਹੋ। ਹੁਣ ਤੇਰਾ ਕੀ ਕੰਮ ਆ? ਉਹ ਮੈਂ ਸੂਟ ਦਿੱਤੇ ਹੋਏ ਸੀ ਸਿਆਣੇ ਉਹ ਫੜ ਲਿਆਇਓ। ਉਹ ਮੈਥੋਂ ਨਹੀਂ ਉਧਰ ਜਾਇਆ ਜਾਂਦਾ ਹੈਗਾ, ਮੈਥੋਂ ਨਹੀਂ ਸੂਟ ਜੇ ਫੜ ਕੇ ਲੈਂਦੇ ਜਾਂਦੇ ਹੈਗੇ। ਚਲੋ ਕੋਈ ਨਾ ਫਿਰ ਮੈਂ ਆਪੇ ਫੜ ਲਿਆਉਂਗੀ। ਜਾਂ ਫਿਰ ਤੂੰ ਐ ਕਰ
मेरे नाल ही चल पा, मैं तेनू उधर उतार दूंगा, तू सूट फट दे, मैं तो कम नबेड़ूंगा, फिर आप आ जाएंगे। ये तो वधिया है, नाले में कुछ मेकअप का समान भी लेके आना सीगा। फिर तो नाल ही चल पा, कितों मंगाएंगे तू, आपकी पसंद का ले आई जाके। ते ऐ कर, आ कम जा नबेड़ ते मैं मोटरसाइकिल स्टार्ट करदा, आ जाई तू, चंगा? बस मैं आ गई 5 मिनट च। आ की कर लूंगी, चल फटाफट चल बड़ा। चलो दीदी जी, मैं जानी हां, तुसी घर दा ध्यान रखियो। कोई ना, मैं रख लूंगी, हैगी है मैं घरे। ठीक है, इन्हां दीआं मौजां नहीं नित्ते दीआं, रोज कोई ना कोई बहाना ला के शहर वल तुर पैंदे आ। कोई ना, देख दे किन्ना टाइम ऐश कर दिया सिर ते। चल मैं तां कम करा, मैनू ही करने पैणगे कम। मैं बेरी है रोज काम कर लूं, आप तो कोई ना कोई बहाना ला के तुर पैंदी आ। कोई ना, मैं भी देख दे किन्ना टाइम ऐश कर दिया इहदे सिर ते। जो बंटू सच पता लगू ना, उदो देखो भी बंटू किवें पहला पाउंदे ने मूरे। मैनू तां नौकरी नहीं पैणा नहीं। ओ की हो गया मन्ना, तां की गल्ली बोली जांदी है? मैं की बोलना कल्ली ने, मैं तां बंटू ते सिमर बारे सोचदी सी किन्ना ख्याल रखदे इक दूजे दा। ओ तां है यार, मैं भी देखदा वी किन्ना ख्याल रखदे इक दूजे दा। तुसीं तां देखी जायो, कुछ सिखियो ना अपने भरा तों। क्यों, की गल, मैं तेरा ध्यान नहीं रखदा? नहीं नहीं, एवें दी गल नहीं, तुसीं तां मेरा बहुत ध्यान रखदे। यार तुसीं तां हीरा हो मेरे लई, तुहाडे हीरा हर इक नूं नहीं मिलदा हैगा। ते हुण हीरे नूं चाह पानी भी पुछेगी के बस गल ही मरी जाएगी? तुसीं बैठो अंदर जा के, मैं बना के लेके आऊंगी। चल ठीक है, मैं बैठ जाऊं। ए खुशी तां मैं तो बर्दाश्त नहीं होंगी ना जी। कोई ना, मैं भी देखदी हां कि किन्ना क टाइम खुश रहिंदे ने। सिमर ना, मैं सुबह काम ते गया, तू उदो भी पई है, हुण मैं आया हुण भी पई है। की तबीयत ठीक है तेरी? ओ तो अनु मैं दसना भूल गई। हां, ओ दो तीन दिन तो ना मेनू चक्कर जे आई जांदे ने, नाले उल्टियां भी, ते मेरा सिर भी बहुत ज्यादा दुखी जांदा। ओहो, जे मैं घरे नहीं हैगा सी, तू भाभी नूं दस दिंदे, तैनू दवाई दवांदे, जे ज्यादा बढ़ जांदा तेरा तां मत्था भी इन्ना तां पै जांदा, बुखार चढ़िया पिया। होर की, मैं लई सी गोली जिहड़ी घरे पई सीगी। तू छड, तू मेरे नाल डॉक्टर दे चल, मैं तैनू वधिया दवाई दवा के लियाउणा। नहीं नहीं, तुसीं डॉक्टर ते रहण दो, डॉक्टर ते जाणा मैनूं पसंद नहीं हैगा, एवें घरे दवाई हैगी मैं लै लूंगी। ओ घर वालियां दवाइयां कम नहीं करनियां। चल कोई गल नहीं, तू आराम कर, मैं भाभी नूं जाके पुछदा, जिहड़े डॉक्टर तों ओह दवाई लैके आउंदी ना, उह तों तैनूं दवाई लिया देना, ठीक है? नहीं नहीं, तुसीं दीदी नूं ना दस्सिओ, एवें ओह टेंशन लैणगे। कोई गल नहीं, हुण मैं दवाई लई आ, रैसट करूंगी, थोड़े टाइम तक ठीक हो जाऊंगी। तू खुद कह भी दो तीन दिन हो गए, जे आ घर दीआं दवाइयां नाल ठीक होणी तां हुण नूं हो जांदी। चल मैं जाके भाभी नूं पुछदा, फिर तैनूं मैं दवाई लिया के दिंदा, ठीक है? ते पै जा तू। चलो ठीक है। ਹੋਣਾ ਕੀ ਆ, ਦੋ ਤਿੰਨ ਦਿਨ ਹੋ ਗਏ, ਨਾਲੇ ਤਾਂ ਉਹਨੂੰ ਚੱਕਰ ਆਈ ਜਾਂਦੇ, ਨਾਲੇ ਉਲਟੀਆਂ 'ਚ, ਹੁਣ ਤਾਂ ਬੁਖਾਰ ਵੀ ਬਹੁਤ ਜ਼ਿਆਦਾ ਹੋਇਆ ਪਿਆ। ਫਿਰ ਤਾਂ ਵਧਾਈਆਂ ਬਾਈ। ਲੈ ਦੱਸ, ਇਹ 'ਚ ਵਧਾਈਆਂ ਦੇ ਨਾਲੇ ਕੀ ਗੱਲ ਆ, ਉਹ ਤਾਂ ਬਿਮਾਰ ਪਈ ਆ। ਯਾਦ ਕਰ, ਜਦੋਂ 2 ਮਹੀਨੇ ਪਹਿਲਾਂ ਤੈਨੂੰ ਚੱਕਰ ਤੇ ਉਲਟੀਆਂ ਆਈਆਂ ਸੀ ਤਾਂ ਕੀ ਹੋਇਆ ਸੀ? ਓਹੋ, ਮੇਰੇ ਤਾਂ ਉਦੋਂ ਬੱਚਾ ਹੋਣ ਵਾਲਾ ਸੀ, ਮੈਨੂੰ ਤਾਂ ਉਲਟੀਆਂ ਆਉਂਦੀਆਂ ਸੀ। ਫਿਰ ਕੀ ਪਤਾ ਸਿਮਰ ਦੇ ਬੱਚਾ ਹੋਣ ਵਾਲਾ ਹੋਵੇ। ਅੱਛਾ, ਇਹ ਗੱਲ ਆ ਬਾਈ, ਫਿਰ ਤਾਂ ਨੱਚ ਨੱਚ ਬੇੜਾ ਪੱਟ ਦਾਂਗੇ। ਉਹ ਬਸ ਕਰ ਗਿਆ ਨਾ, ਐਵੇਂ ਦੀ ਕੋਈ ਗੱਲ ਨਹੀਂ, ਨਾ ਹੀ ਇਹ ਗੱਲ ਕਦੇ ਹੋ ਸਕਦੀ ਆ। ਕਿਉਂ ਭਾਬੀ? ਉਹ ਭਰਾਵਾ, ਤੂੰ ਉਹਨੂੰ ਜਿਹੜੇ ਮਰਜ਼ੀ ਡਾਕਟਰ ਕੋਲ ਲੈ ਜਾ, ਪਰ ਇਹ ਗੱਲ ਕਦੇ ਸੱਚੀ ਨਹੀਂ ਹੋ ਸਕਦੀ।
ना की बुझारत पाई जानी है, क्यों नहीं हो सकती सची। ले हुण जे इह गल दा वी सच पता करना ना ते चलो सिमरन कोल, उत्थे जाके दुध दुध पानी दा पानी हो जू। ओ भाभी केड़ियां गल्लां करीए ने, मेरे नहीं बुझारत समझ नहीं, जो भी गल हैगी क्लीयर करो मेरे नाल। कोई ना बई आपां चलदे आ सिमरन कोले, करदे आ पता की गल है। आ जा बई फिर। चलो बई। जी सच गल जेड़ा कुछ तू तो सोची है ना वो कदे हो ही नहीं सकता। ना भाभी छोटे कहण दा मतलब की आ? असल च सच गल ए आ कि इहदा पहला तलाक भी इसे करके होया सी, इह कदे मां नहीं सी बन सकदी। आ की गल करदी भाभी तू, मैथों एड्डी वड्डी गल लुको के रखी आ। आ तू चंगा नहीं कीता मन्नत, मैनू तेरे तो ना आ उम्मीद नहीं सी। ना मैं गलत की करता, नाले तुसी दोनों जने मैनू क्यों बोली जाने हो, नाले मैं तो थोड़ा ही सोचा सी वी चल बंटू दा घर वस जूगा, जवाक दा की आ इह तो गोद भी लै लैणगे। मन्नत तू ना साडे नाल बहुत वड्डा धोखा कीता, साडे तो एड्डा वड्डा लको रख्या, सानू सच दस दिंदी जे सानू पसंद आउंदा तां असीं रिश्ता कर लैंदे, जे ना पसंद आउंदा असीं ना करदे। दीदी जी तुसीं तां मैनूं इह कहिंदे सी वी इहनां नूं मैं सब कुछ सच दस्सिया होया, पर अज तां कुछ होर ही सच निकलिया, इहनां नूं तां कुछ मेरे बारे पता ही नहीं हैगा। तुसीं एड्डी वड्डी गल इहनां तुम्हें को क्यों रखी? ले चुप करनी, इक तां मैं तेरा घर वसाया, उपर तू मेनू ही गल्लां सुनाउणियां, जे मैं तेनू इत्थे ना लैके आउंदी ना तेनू बंजर नूं किसे ने रखना भी नहीं सी। हाय दीदी तुसीं मेरे अपने होके मेनू इह सब बोलदे पए हो, इन्ना तो तां मैं उम्मीद ही की रखनी आ, तुसीं मेनू इह सब बोलदे पए हो मैं कदे सोचिया भी नहीं सी। देख ला बई तेरी भाभी ने तां आपां नूं इन्ने वड्डे धोखे च रखिया, हुण तू देख ला की करना है। बई धोखा अपने दोनों नाल नहीं कीता, भाभी ने धोखा सिमर ਉਹਦੇ ਪਰਿਵਾਰ ਨਾਲ ਵੀ ਕੀਤਾ ਜਿਹੜਾ ਉਹਨਾਂ ਨੂੰ ਹਨੇਰੇ 'ਚ ਰੱਖ ਕੇ ਇਹ ਵਿਆਹ ਕਰਵਾਤਾ, ਕੁਝ ਵੀ ਨਹੀਂ ਦੱਸਿਆ ਹੈਗਾ। ਹਾਂਜੀ ਇਹ ਸਹੀ ਕਹਿੰਦੇ ਨੇ, ਤੁਸੀਂ ਜੋ ਕੁਝ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜੇ ਛੱਡਣਾ ਮੈਨੂੰ ਛੱਡ ਸਕਦੇ ਹੋ, ਕਿਉਂਕਿ ਮੈਨੂੰ ਪਤਾ ਜੋ ਕੁੜੀ ਔਲਾਦ ਦਾ ਸੁੱਖ ਨਹੀਂ ਦੇ ਸਕਦੀ ਉਹਨੂੰ ਕੋਈ ਆਪਣੇ ਘਰੇ ਨਹੀਂ ਰੱਖਦਾ। ਨਾ ਸਿਮਰ ਤੂੰ ਰੋ ਨਾ, ਤੇਰਾ ਇਹਦੇ ਵਿੱਚ ਕੀ ਕਸੂਰ ਹੈ, ਨਾਲੇ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ, रही गल औलाद दी ए तां मेरे कर्म च है ही नहीं सी, चाहे मैं किसे नाल भी ब्याह करवा लैंदा। सही कहा सिमर मंटू ने, जिहड़ी गल च तेरा कसूर ही नहीं तां तैनूं सजा किवें दे सकदे आ सी। सिमर मैं तैनूं इक गल कहनी सी, जिहड़ा कुछ होणा सी उह तां हो गया, पर तूं इस घर च ही रहेंगी, नाल इक गल होर इह ना सोची मैं तेरे ते तरस खा के कह रहा, तूं इस घर दे विच रहेंगी ते इह गल अज तों बाद कदे वी तेरे अगे नहीं आऊगी। हाँ गुस्सा मैनूं जरूर है पर तेरे ते नहीं हैगा, उह मेरी भाभी ते है जिन्हें मैथों एडा वड्डा लुको रखे। नाले सही कहा मन्नत बंटू ने, भी रब ना जोड़ी उत्तों बना के भेजदा गा, नाले मेरी एक गल होर याद रखी, जे किसी का रिश्ता करवाना ना ये झूठ बोल के ना कराई, ये सारी जिंदगी खराब हो जाती है बंदे की। मैं ये सब इन्हों का घर वसाल नहीं किया, नाले दुनिया च हजारा है जे लोग ने जिन्हों को औलाद है नहीं, चल आप औलाद ना हो दुख क्यों मना, आप शुक्र मनाओ कि यह दोनों आपकी जिंदगी च खुश ने। हाँ मन्नत मैनू इसे गल का तो हौसला है भी ये दोनों खुश ने, पर तू तो कसर नहीं छी सी। रब्बा मैनू माफ करी, मैं ना जमीन के लालच आके आप धोखा कर बैठी। सिमर तू रो ना, नहीं मेरे जवाक ना मेरे नाल ज्यादा हक तेरा है। दीदी तुसी आ गल कह के ना मेरा मन बहुत हल्का कर दिता, नहीं तो मैं सारी उम्र ले ना औलाद का प्यार पाने लिए तरसना सी। चल सिमर हुण तू चुप कर, अज तो बाद ना ना तेरे बच्चा ना होने वाली गल कदे भी नहीं चकी जाऊगी, ते नाले मैं देखदा हुण तैनू अज तो बाद कौन कहिंदा बांझ, ठीक है ना भाई? ठीक है वीरे। चलो ठीक है करो आपका काम धंधा तुसी। सत श्री अकाल जी, तुहानू साडी वीडियो किवें लगी कॉमेंट
कमेंट करके जरूर दस्यो ते प्लीज वीडियो नु शेयर जरूर करया करो क्योंकि असि बहुत ही मेहनत करदे आ सानू तुहाडी सपोर्ट दी बहुत ज्यादा जरूरत आ। थैंक यू सो मच।